ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹੀ ਨਾ ਨਿਰਮਲ ਕਰਨੇ ਸਾਧ ਸੰਗਤ ਕੈ ਅੰਤਿਲ ਲਾਉ ਵਿਖਮ ਨਦੀ ਜਾਇ ਤਰਣੀ ਲੱਗੇ ਖਾਲਸਾ ਪਿਆਰਾ ਭਾਈ ਮੈਨੂੰ ਲੱਗੇ ਖਾਲਸਾ ਪਿਆਰਾ ਭਾਈ ਪਰਮ ਸਤਿਕਾਰ ਗੁਰੂ ਰੂਪ ਸੰਗਤ ਗੁਰੂ ਰੂਪ ਖਾਲਸਾ ਸਾਹਿਬ ਦੇ ਚਰਨਾਂ ਵਿੱਚ ਸੋ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਸੋਭ ਸੰਗਤ ਗੱਜ ਕੇ ਆਖੋ ਜਿੱਥੇ ਤੱਕ ਵੀ ਸੰਗਤ ਬੈਠੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਸਾਹਿਬ ਕੇ ਦਰਬਾਰ ਦੁੱਖ ਦਰਦ ਮਿਟਾਏ ਜਾਤੇ ਹੈ ਗਰਦ ਸਕੇ ਸਤਾਏ ਲੋਕ ਵਹਾਂ ਸੇ ਸੀਨੇ ਲਗਾਏ ਜਾਤੇ ਹੈ ਜੋ ਆਤਾ ਹੈ ਖਾਲੀ ਯਹਾਂ ਪਰ ਵੋ ਝੋਲੇ ਯਹਾਂ ਸੇ ਭਰਾਏ ਜਾਤੇ ਹੈ ਹਿਰਦੇ ਨਹੀਂ ਨਾਮ ਹਿਰਦੇ ਨਹੀਂ ਪਿਆਰ ਉਹ ਜੈਸੇ ਆਏ ਵੈਸੇ ਹੀ ਜਾਤੇ ਹੈ ਸਤਿਗੁਰ ਕਹਿੰਦੇ ਸੁਣੇ ਘਰ ਕਾ ਪਾਉਣਾ ਜੋ ਆਵੇ ਤੋ ਚਲੇ ਸਾਡਾ ਜਿਹੜਾ ਮਨ ਹੈ ਭਾਈ ਇਹ ਕਦੇ ਕਿਸੇ ਨਾਲ ਮਿਲਿਆ ਹੋਇਆ ਕਦੇ ਕਿਸੇ ਨਾਲ ਮਿਲਿਆ ਬੇਕਾਰਾਂ ਨਾਲ ਮਿਲਿਆ ਹੋਇਆ ਮਨ ਹੈ ਇਸ ਮਨ ਨੂੰ ਟੁੱਟੇ ਫੁੱਟੇ ਮਨ ਨੂੰ ਸਤਿਗੁਰ ਦੇ ਚਰਨਾਂ ਨਾਲ ਜੋੜੀਏ ਗੁਰਬਾਣੀ ਅੰਦਰ ਫਰਮਾਇਆ ਹੈ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਭਾਓ ਤਨਾ ਮਨ ਭਾਓ ਕੀ ਕਿਹਾ ਸਤਿਗੁਰ ਕਹਿੰਦੇ ਪਿਆਰ ਅੰਦਰ ਨੱਚਣ ਕੁੱਦਣ ਭਵਾਂ ਕਿੰਨਾ ਵੀ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ ਜੇ ਤੁਹਾਡੇ ਅੰਦਰ ਵੀ ਪ੍ਰੇਮ ਹੈ ਤਾਂ ਸਤਿਗੁਰ ਦੇ ਵੀ ਹੈਗਾ ਜੇ ਤੁਹਾਡੇ ਨੇ ਤਾਂ ਇੱਧਰ ਵੀ ਜਿਹਾ ਵੇਖੇ ਤੇ ਹਵੇ ਗੱਜ ਕੇ ਆਖੋ ਸਤਨਾਮ ਗੁਰਮੁਖ ਪਿਆਰਿਓ ਇੱਥੇ ਨਹੀਂ ਬਸ ਪਾਪ ਕਰੇ ਕਰ ਮੁਕਰ ਪਾਵੈ ਭੇ ਕਰੇ ਨਿਰਵਾਨ ਪਾਕ ਪਾਪ ਕਰਕੇ ਲਕੋਣੇ ਕਿੱਥੇ ਕੁ ਲਕੋ ਲੋਗੇ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਐ ਨਹੀਂ ਇਹਦਾ ਮੈਂ ਜਾਣ ਕੇ ਕਿਹਾ ਪ੍ਰਭ ਕਿਤੇ ਵਿਖੜੇ ਕੰਮ ਕਰਦਾ ਹੁੰਦਾ ਨਹੀਂ ਵਿਸਰਾਮ ਗਲਤ ਲੱਗਦਾ ਲੋਕ ਕਰਤ ਵਿਕਾਰ ਵਿਖੜੇ
ਪ੍ਰਭ ਨੇ ਰੂਹ ਤੇ ਨੇਰਿਆ, ਦੂਰ ਨਹੀਂ ਹੈ, ਅਸੀਂ ਦੂਰ ਸਮਝਦੇ ਹਾਂ, ਤੂੰ ਹੀ ਮਨ ਦੂਰ ਹੈ, ਸਤਿਗੁਰ ਨਹੀਂ ਦੂਰ ਤੇ ਤੂੰ ਆਪ ਝੋਕ ਛੰਦ ਪੜੀ ਸਾਰੀਆਂ ਸੰਗਤਾਂ, ਤੂੰ ਹੀ ਹੈ ਦੂਰ ਮਨਾ ਸਤਿਗੁਰ ਨਹੀਂ ਦੂਰ ਵਡਾਈ ਕਰਨੀ ਵਡਿਆਈ ਨਾ ਕਰ ਲੈ ਵਡਿਆਈ ਜਿੰਦੇ ਬਾਬਾ ਜੀ ਓ
ਅਰਜ਼ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਜ ਕੀ ਬੇਲਾ ਮਨ ਨੂੰ ਸ਼ਾਂਤੀ ਲਿਆਉਣ ਦਾ ਸਤਿਗੁਰ ਦੇ ਚਰਨਾਂ ਵਿੱਚ ਆਹੀ ਵੇਲਾ ਜਿਹਦੇ 'ਚ ਬੈਠੇ ਹੋ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸਹੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਅੱਗੇ ਵਸਣ ਸੁਹੇਲਾ ਅੱਗੇ ਵਸਣ ਸੁਹੇਲਾ ਵਸਣ ਸੁਹੇਲਾ ਅੱਗੇ ਵਸਣ ਸੁਹੇਲਾ ਅੱਗੇ ਵਸਣ ਔਤ ਘਟੈ ਉਮਰ ਘਟਦੀ ਜਾਂਦੇ ਸ਼ੇਸ਼ਨ ਔਤ ਵਿਹਾਤ ਹੈ ਬੂਟੇ ਘਟ ਜੋ ਔਤ ਘਟੈ ਤਿੰਨ ਸਹਿ ਰਹਿਣਾਰੇ ਮਨ ਗੁਰ ਮਿਲੋ ਕਾਹਨੂੰ ਕਿਸੇ ਕੂੜ ਦੇ ਮਿੱਤਰਾਂ ਨਾਲ ਮਿਲਿਆ ਕਰਦਾ ਸੋ ਤੈਨੂੰ ਕੀ ਮਿਲੂਗਾ ਛਿੱਤਰੇ ਮਿਲਣਗੇ ਇਸਲੇ ਪਾਸੇ ਆ ਜਾ ਜੇ ਸੱਚਖੰਡ ਦਾ ਰਾਜ ਕਰਨਾ ਸਾਨੂੰ ਕਿਸੇ ਨੇ ਮਨ ਮਲਾਈ ਫਿਰਦਾ ਮਨ ਹੋਰ ਮਿਲ ਉਹ ਮੇਰਿਆ ਮਨਾ ਤੂੰ ਆਪਣੇ ਗੁਰੂ ਨਾਲ ਮਿਲ ਜਾ ਕਿੱਧਰ ਮਿਲਿਆ ਫਿਰਦਾ ਕਦੇ ਆਖਿਆ ਆਪਣੇ ਮਨ ਨੂੰ ਮਨ ਗੁਰ ਮਿਲਕਾਸ ਵਾਲਾ ਇਹ ਸੰਸਾਰ ਬੇਕਾਰ ਬੇਕਾਰ ਕਰਕੇ ਛੋਟੇ ਕਰਮਾਂ ਵਿੱਚ ਫਿਰ ਸੰਸਾ ਲੈਂਦਾ ਆਪਣੇ ਆਪ ਨੂੰ ਸੰਸੇ ਮਿੱਤਰੇ ਉਗਰਾ ਮਿਆਨੀ ਜਿਸ ਜਗਾਵਾ ਹੈ ਪਿਆਵਾ ਹੈ ਇਹ ਰਸ ਨਾਮ ਰੂਪੀ ਰਸ ਜਿਹਨੂੰ ਜਗਾਵੇ ਉਹੀ ਪੀ ਸਕੇ ਜਾ ਕੋ ਆਏ ਸੋਈ ਬਿਹਾਰ ਹਰ ਗੁਰ ਦੇ ਮਨੋ ਬਸੇਰਾ ਨਿਜ ਕਰ ਮਹਿਲ ਪਾਵੋ ਗੁੱਸੇ ਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਕਦਾਤੇ ਕਟ ਕਟ ਕੇ ਅੰਤਰ ਕੀ ਜਾਣਤ
ਭਲੇ ਬੁਰੇ ਕੀ ਪੀਰ ਬਿਸ਼ੰਤ ਪੁਰਖ ਵਧਾਤੇ ਸ਼ਰਧਾ ਮਨ ਕੀ ਪੀਰ ਕੀ ਸ਼ਰਧਾ ਹੈ ਨਾਨਕ ਦਾਸ ਅਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ ਗੁਰਸਿੱਖਾਂ ਦੀ ਹਰ ਧੂੜ ਦੇ ਹਾਂ ਪਾਪੀ ਪੀ ਗੱਪ ਪਾਵੇ ਗੁਰਸਿੱਖਾਂ ਦੀ ਧੂੜੀ ਘੋਲ ਘੋਲ ਪੀਜੈ ਤਾਂ ਗੁਰਮੁਖ ਪਿਆਰਿਓ ਇੰਨੀ ਮਹਿੰਗੀ ਧੂੜੀ ਜਿਹੜੇ ਹੁਣ ਯਾਤਰੂ ਆ ਰਹੇ ਹੋ ਤੁਹਾਡੀ ਧੂੜੀ ਬਾਰੇ ਵੀ ਦੱਸਿਆ ਮਹਾਰਾਜ ਜੀ ਦਾਨ ਮਹਿੰਡਾ ਤਲੀ ਖਾਕ ਦਾਨੀ ਪੁਰਸ਼ਾਂ ਦੀ ਯਾਤਰੂਆਂ ਦੀ ਪੈਰਾਂ ਦੇ ਤਲੀਆਂ ਨਾਲ ਮਲੀ ਹੋਈ ਖਾਕੂ ਜੇ ਮਿਲ ਜਾਵੇ ਅੱਜ ਕੁਝ ਸੰਗਤ ਆ ਰਹੀਆਂ ਨੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਜੇ ਕਿਤੇ ਸਤਿਗੁਰੂ ਕਿਰਪਾ ਕਰਦੇ ਨੇ ਫੇਰ ਹੀ ਗੱਲ ਹੈ ਜੇ ਮਿਲੇ ਤਾਂ ਮਸਤਕ ਲਾਈ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਦੇ ਰੋਲਾ ਹੈ ਜੇ ਦਿਆਲੂ ਹੋਣਗੇ ਤਾਂਹੀਓ ਮਿਲਣਗੇ ਜੇ ਤੁਹਾਡਾ ਮਨ ਸੈੱਟ ਹੋਵੇਗਾ ਤਾਂਹੀਓ ਮਿਲੇਗਾ ਇੰਜ ਨਹੀਂ ਮਹਾਰਾਜ ਕਹਿੰਦੇ ਨੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਲ ਹੋਏ ਇੱਕ ਮਨ ਅਲੱਗ ਆਈਏ ਹਲ ਤੇ ਬੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਆ ਮਤ ਥੋੜੀ ਸੇਵ ਗਵਾਈਏ ਪੜੋ ਤਾਂ ਪਾਈ ਭਾਗ ਬਿਨਾ ਨਾ ਮਿਲਦੀ ਧੂੜੀ ਸਾਧ ਸੰਗ ਸਾਧਨ ਤਾਂ ਨਹਾਉਣਾ ਹੀ ਨਹੀਂ ਚਾਹੀਦਾ ਅਸੀਂ ਤਾਂ ਉਹੀ ਬਿਨਾਂ ਨਹਾਤੇ ਚੰਗੇ ਹਾਂ ਸਤਿਗੁਰ ਕਹਿੰਦਾ ਹੋ ਫਿਰ ਚੰਗੇ ਹੋ ਕੀ ਲੋੜ ਹੈ ਤੁਹਾਨੂੰ ਨਹਾਉਣ ਦੇ ਚੰਗੇ ਹੋਏ ਨਹੀਂ ਸਾਡੇ ਬਥੇਰੀਆਂ ਪੈਂਦੀਆਂ ਜੇ ਸੋਚ ਲਈਏ ਸਾਧੋ ਮਨ ਕਾ ਮਾਨ ਤਿਆਗੋ ਅਸੀਂ ਮਾਨ 'ਚ ਫਸੇ ਬੈਠੇ ਹਾਂ ਸਾਧੋ ਰਚਨਾ ਰਾਮ ਬਣਾਈ ਕਿੱਥੇ ਫਿਰਦੇ ਹੋ ਬਿਨਾਂ ਨਾਤੇ ਚੰਗਾ ਹੈ ਭਲਾ ਵੀ ਕਿਉਂ
ਚੋਰ ਸੈ ਚੋਰਾਂ ਚੋਰ ਜੇ ਸੌ ਚਾਹ ਸਾਹ ਦਾ ਨੰਬਰਦਾਰ ਬਣਨਾ ਤਾਂ ਫਿਰ ਨਹਾਉਣ ਦਾ ਕੀ ਫਾਇਦਾ। ਸੌ ਚੋਰ ਨੇ ਪੁੱਛ ਕੇ ਚੋਰੀ ਕਰਨ ਜਾਣਾ ਹਿੱਸਾ ਪੱਤੀ ਨਾਲ ਹੈ, ਫਿਰ ਤੈਨੂੰ ਕੋਈ ਲਾਉਣ ਦੀ ਲੋੜ ਨਹੀਂ। ਐਂ ਕਿਹਾ ਨਾਤੇ ਬਿਨਾ ਸਰਦਾ ਨਹੀਂ। ਗੁਰਮੁਖ ਪਿਆਰਿਓ ਆਓ ਮਨ ਨੂੰ ਇਕਾਗਰ ਕਰੀਏ। ਸਤਿਗੁਰੂ ਗਰੀਬ ਨਿਵਾਸ ਤਖ਼ਤ ਸੁਸ਼ੋਭਿਤ ਨੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਮਹਾਰਾਜ। ਆਓ ਪਹਿਲਾਂ ਮਿੱਠਾ ਮੂੰਹ ਕਰਦੀ ਪਿਆਰ ਨਾਲ। ਆਓ ਬਾਬਾ ਸੱਚੇ ਪਾਤਸ਼ਾਹ ਸੋਢੀ ਸੁਖਤਾਨਾ, ਜਾਣਾ ਹੈ ਮਾਤਾ ਭਾਗ ਪ੍ਰੀ ਸਤਿਗੁਰ ਦੇ ਚਰਨਾਂ ਚ ਬੇਨਤੀ ਕਰਦਾ। ਦਾਤਾ ਮੈਨੂੰ ਵੀ ਸੇਵਾ ਬਖਸ਼ ਦਿਓ, ਮੈਂ ਵੀ ਸੇਵਾ ਕਰ ਸਕਦਾ। ਮਹਾਰਾਜ ਕਹਿੰਦੇ ਕਿੰਨੇ ਦਿਨ ਦੀ ਲਿਖੀ ਹੈ ਸੋਜੀ ਪ੍ਰੀਤ ਨੂੰ ਸੋਢੀ ਸੁਲਤਾਨ ਮਹਾਰਾਜ, ਇੱਕੀ ਦਿਨ ਦੀ ਸੇਵਾ ਲਿਖ ਦੋ, ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਜਾਦੇ ਘੱਟ ਘੱਟ ਕੇ ਅੰਤਰ ਕੀ ਜਾਣਤ। ਮਹਾਰਾਜ ਕਹਿੰਦੇ ਜਾਦੇ ਹੈ ਨਹੀਂ, ਮਹਾਰਾਜ ਕੱਟਿਓ ਨਾ ਤਰਨਾ ਪੜੋ ਪਿਆਰ ਨਾਲ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਂ, ਸਿਮਰਨ ਮੈਨੂੰ।
ਸਤਿਗੁਰ ਕਹਿੰਦੇ ਸੇਵਾ ਤਾਂ ਮਿਲ ਜਾਂਦੀ ਹੈ, ਸੇਵਾ ਕਰਤ ਹੋਏ ਨੇ ਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ। ਮਹਾਰਾਜ ਮਿੱਠੀ ਬੋਲੀ ਕਹਿੰਦੇ ਬੀਬਾ ਜੀ ਭਾਗ ਕਰੀਏ, ਤੇਰਾ ਪਤੀ ਜਲੋਦਰ ਦੀ ਬਿਮਾਰੀ ਨੇ ਖਾ ਲਿਆ ਹੈ, ਉੱਠ ਕੇ ਪਾਣੀ ਵੀ ਨਹੀਂ ਪੀ ਸਕਦਾ। ਤੇਰਾ ਸੁਪੁੱਤਰ ਟੀਬੀ ਦੀ ਬਿਮਾਰੀ ਨੇ ਖਾ ਲਿਆ, ਪਾਸਾ ਵੀ ਨਹੀਂ ਲੈ ਸਕਦਾ। ਤੂੰ 21 ਦਿਨ ਕਿਵੇਂ ਸੇਵਾ ਕਰੇਗੀ? ਮਹਾਰਾਜ ਆਪ ਹੀ ਸੇਵਾ ਦੀ ਤਰੀਕੀ ਤੋੜ ਨਮਾਉਣ ਵਾਲੇ ਹੋ। ਪਾਪਣ ਜਿੰਦੜੀ ਦਾ ਤੇਤੋਂ ਬਿਨਾਂ ਤਾਂ ਪਾਰ ਵੇੜਾ ਨਹੀਂ ਹੋਣਾ, ਆਪ ਹੀ ਬੇੜਾ ਪਾਰ ਲਾਵੋਗੇ। ਪੜੋ ਪਿਆਰ ਨਾਲ ਤਾਂ ਬੇੜਾ ਲਾ ਦੋ ਪਾਰ ਪਾਪਣ ਜਿੰਦੜੀ ਦਾ, ਬੇੜਾ ਲਾ ਦੋ ਪਾਰ ਪਾਪਣ ਜਿੰਦੜੀ। ਤੋਂ ਬਗੈਰ ਫਿਰ ਬੇੜਾ ਕੌਣ ਬੰਦੇ ਲਾਵੇਗਾ? ਆਪ ਹੀ ਇਹ ਪਾਪਾਂ ਭਰੀ ਚੰਗੇਰ ਨੂੰ ਪਾਰ ਲਾਉਣਾ ਹੈ। ਸਤਿਗੁਰ ਨੇ ਕਮਰ ਕਸਾ ਦੇ ਦਿੱਤਾ, ਸਿਰ ਪਾਓ ਦੇ ਦਿੱਤਾ। ਸਿਰ ਪਾਓ ਲੈ ਤਾਂ ਲੈਂਦੇ ਹੋ, ਪਰ ਇਹਦਾ ਪਤਾ ਵੀ ਹੈ ਕੀ ਅਰਥ ਹੈ ਇਹਦਾ? ਸਤਿਗੁਰ ਜੇ ਸਿਰ ਪਾਓ ਦੇਣ ਲੱਗੇ ਹੋ ਤਾਂ ਫਿਰ ਸਿਰ ਤੋਂ ਲਾ ਕੇ ਪੈਰਾਂ ਤੱਕ ਮੇਰੀ ਪੱਤ ਰੱਖ ਲਿਓ। ਸਿਰ ਪਾਓ, ਸਿਰ ਤੋਂ ਲਾ ਕੇ ਪੈਰਾਂ ਤੱਕ ਮੇਰੀ ਪੱਤ ਰੱਖ। ਜਿਹਨੂੰ ਪਰਨਾ ਕਹਿੰਦੇ ਹਾਂ, ਗੁਰਦੇਵ ਪਾਤਸ਼ਾਹ ਮੈਨੂੰ ਆਪਣੇ ਪਰਨੇ ਪਾ ਕੇ ਰੱਖੀ, ਨੇ ਗੁਰਸਿੱਖ ਸੰਗਤਾਂ ਦੇ ਪਰਨੇ ਪਾ ਕੇ ਰੱਖੀ, ਮੈਨੂੰ ਕਿਸੇ ਦੇ ਪਰਨੇ ਨਾ ਪਾਈ। ਪਰਨੇ ਦਾ ਅਰਥ ਇਹ ਹੈ। ਤੁਸੀਂ ਇੱਕ ਹੋਰ ਗੱਲ ਵਿੱਚ ਬੜੇ ਪੈਂਦੇ ਹੋ, ਇੱਕ ਹੋਰ ਨਵੇਂ ਪੰਥ ਚੱਲ ਪੈਂਦਾ ਹੈਗਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਨਰੇਲ ਨਹੀਂ ਰੱਖਣਾ ਚਾਹੀਦਾ ਅਖੰਡ ਪਾਠ। ਕਹਿੰਦੇ ਤਾਂ ਬਾਹਮਣਾਂ ਦਾ ਨਰੇਲ ਹੈ, ਬਾਹਮਣਾਂ ਦੀ ਮੱਤ ਹੈ। ਭਲਾ ਤੁਸੀਂ ਦੱਸੋ, ਇਹ ਬਾਹਮਣਾਂ ਦੇ ਕੰਨਾਂ ਨੂੰ ਲੱਗਦੇ ਨੇ ਨਰੇਲ, ਕਿ ਬਾਹਮਣਾਂ ਦੇ ਬਾਹਾਂ ਨੂੰ ਲੱਗਦੇ ਨੇ ਨਰੇਲ, ਦਰਖਤ ਨੂੰ ਲੱਗਦਾ ਹੈ? ਉਹਨਾਂ ਦਾ ਕੀ ਭਾਵਦਾ ਹੈ? ਕੀ ਮੱਤ ਮਾਰੀ ਗਈ ਇਹਨਾਂ ਲੋਕਾਂ? ਇਹ ਬਾਹਮਣ ਮੱਤ, ਬਾਹਮਣਾਂ ਦੇ ਸਿਰ ਨੂੰ ਲੱਗਦੇ ਨੇ, ਕਿ ਮੋਢਿਆਂ 'ਤੇ ਲੱਗਦੇ ਨੇ, ਕਿ ਕੰਨਾਂ ਨੂੰ ਲੱਗਦੇ ਨੇ, ਕਿ ਨੱਕ ਨੂੰ ਲੱਗਦਾ ਨਰੇਲ, ਉਹਦਾ ਦਰਖਤ ਦਾ ਫਲ ਹੈ। ਕਹਿੰਦੇ ਮਹਾਰਾਜ ਤਾਬੇ ਕੁੰਭ ਨਹੀਂ ਰੱਖਣਾ ਚਾਹੀਦਾ। ਗੁਰਦੇਵ ਪਾਤਸ਼ਾਹ
ਗੁਰੂ ਨਾਨਕ ਦੇਵ ਤੋਂ ਲੈ ਕੇ ਪਹਿਲਾਂ ਰਾਮ ਚੰਦਰ ਕ੍ਰਿਸ਼ਨ ਤੋਂ ਲੈ ਕੇ ਮਹਾਂਪੁਰਖਾਂ ਤੋਂ ਲੈ ਕੇ ਚਿੱਪੀਆਂ ਵਿੱਚ ਜਲ ਰੱਖਣਾ, ਝੱਕਰੀਆਂ ਵਿੱਚ ਵੰਗਣੇ ਪਾ ਕੇ ਜਲ ਰੱਖਣਾ, ਸਤਿਗੁਰੂ ਪਾਤਸ਼ਾਹ ਕਲਵੰਡਲ ਰੱਖਦੇ, ਗੁਰੂ ਗੋਬਿੰਦ ਸਿੰਘ ਗੜਬਾ ਰੱਖਦੇ ਹੱਥ 'ਚ, ਉਹਨਾਂ ਨੂੰ ਕਾਸ਼ਰ ਹੁੰਦੀ ਤੀ ਵੀ ਡਰਦੇ ਪਾਣੀ ਰੱਖਦੇ ਤੇ ਉਹਨਾਂ ਨੂੰ ਭੂਤ ਚੁੰਬੜਦੇ ਤੇ ਪਾਵਣ ਗੁਰੂ ਪਾਣੀ ਪਿੱਤ ਜਾਤਾ ਉਰਦ ਸਹਿਯੋਗੀ ਧਰਤੀ ਮਾਤਾ ਕਿੱਥੇ ਫਿਰਦੇ ਹੋ? ਪੰਜ ਗ੍ਰੰਥ ਪੜ੍ਹਨੀ ਨਹੀਂ ਹੈ, ਟੱਕਰਾਂ ਮਹਾਰਾਜ ਨਾਲ ਲੈਂਦੇ ਨੇ। ਕਹਿੰਦੇ ਜੋਤ ਨਹੀਂ ਲਾਉਣੀ ਚਾਹੀਦੀ। ਜਦੋਂ ਕੋਈ ਗੁਰਸਿੱਖ ਬੈਠਾ ਚੌਂਕੜਾ ਲਾਈ ਪਰਮਾਤਮਾ ਨਾਲ ਲੈਵੇ ਲੱਗੀ ਹੈ, ਕਿਸੇ ਦੁੱਖ ਨੂੰ ਮੁਕਤ ਰੱਖੀ ਬੈਠਾ, ਸਤਿਗੁਰੂ ਪੁੱਛਦੇ ਨਹੀਂ ਆ ਉਹ ਗੁਰਸਿੱਖ ਕਿਉਂ ਬਰਾਗ ਵਿੱਚ ਬੈਠਾ, ਅੱਖੀਓਂ ਅੱਥਰੋਂ ਬਹਿਤ ਰਹੇ ਹਨ। ਕਹਿੰਦਾ ਬਜੋਗ ਕਿਉਂ ਬਜੋਗੀ ਨੂੰ ਛੇੜਦਾ ਹੈ? ਬਜੋਗ ਮਿਲ ਵਿਛੋੜਿਆ, ਮੈਨੂੰ ਜੋੜਨਾ ਹੀ ਨਹੀਂ ਸੀ, ਮੈਂ ਜਹਾ ਜਹਾ ਸੀ ਬੈਠਾ ਰਹਿੰਦਾ, ਹੁਣ ਵਿਛੋੜੇ ਨੂੰ ਢਿੱਡ 'ਚ ਲਈ ਬੈਠਾ ਰੋ ਰਿਹਾ। ਬਜੋਗ ਮਿਲ ਵਿਛੋੜਿਆ ਸੰਜੋਗੀ ਮਿਲ, ਜੇ ਪਾਤਸ਼ਾਹ ਤੈਨੂੰ ਪਤਾ ਦੀ ਤਾਂ ਸੰਜੋਗ ਜੋੜਦੇ ਮੇਰੇ ਨਾਲ, ਹੁਣ ਤੋੜਨ ਕਿਉਂ ਲੱਗਿਆ? ਲਕਸ਼ਮੀ ਕਹਿੰਦੀ ਭਗਵਾਨ ਉੱਠ ਤੁਰੇ, ਕਿੱਥੇ ਚੱਲੇ ਹੋ? ਕਹਿੰਦਾ ਲਕਸ਼ਮੀ ਦੱਸਾਂ ਫਿਰ। ਕਹਿੰਦਾ ਜਾਤ ਮੈਂ ਹੈ, ਦੱਸਾਂ ਕਿੱਥੇ ਜਾਣਾ? ਜਾਤ ਮੈਂ ਹੈ ਜੋਤ, ਜਿੱਥੇ ਮੇਰਾ ਗੁਰਸਿੱਖ ਗੁਰ ਕੀ ਮੂਰਤ ਮਨ ਮਹਿ ਜਾਂਦਾ, ਆਪਣੀ ਆਤਮਾ ਅੰਦਰ ਜੋਤ ਜਗਾਈ ਬੈਠਾ, ਮੈਂ ਤਾਂ ਉੱਥੇ ਨੂੰ ਚੱਲਿਆ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਹਰ ਦੂਰ, ਮੈਂ ਤਾਂ ਉੱਥੇ ਨੂੰ ਜਾ ਜਾਣਾ। ਇਹ ਕਹਿੰਦੇ ਜੋਤ ਲਾਓ ਹਾਂ ਕਿ ਤੂੰ ਵੀ ਨਾ ਲਾਓ, ਜੇ ਗੰਦੇ ਨਾਲੇ ਕੋਲ ਦੀ ਲਾਦਾ ਨੱਕ ਮੂਹਰੇ ਕੱਪੜਾ ਕੋ ਲਾ ਲੈਣਾ ਮੁਸ਼ਕ ਆਉਂਦਾ ਹੈ, ਜੇ ਸਮੈਲਾਂ ਵਾਲੀ ਚੀਜ਼ ਬਾਗ ਵਿੱਚ ਤੁਰੇ ਜਾਂਦੇ ਕਿਵੇਂ ਪਿਆਰ ਨਾਲ ਸੁੰਘਦੇ ਹੋ? ਦਿਮਾਗ ਸੈੱਟ ਹੁੰਦਾ ਹੈ ਤਾਂ ਗੁਰਮੁਖ ਪਿਆਰਿਓ, ਜਿਹੜੇ ਇਹੋ ਜਿਹੇ ਗੁਰਬਾਣੀ ਦੇ ਵੈਰੀ ਨੇ ਨਾ, ਇਹਨਾਂ ਨੂੰ ਤਾਂ ਮਾਤਾ ਰਾਣੀ ਚੁੱਕੋ ਗੁਰੂ ਮਹਾਰਾਜ ਨੇ, ਤਾਂ ਕੀ ਕਰਾਉਂਦਾ ਇਹਨਾਂ ਤੋਂ? ਮਹਾਰਾਜ ਨੂੰ ਲਿਜਾਂਦੇ ਨੀ, ਕੀ ਕਰਨਾ ਇੱਥੇ ਫਿਰਦੇ ਤੁਰੇ? ਮਾਤਾ ਰਾਣੀ ਜਰਗਾ ਵੀ ਦਬ ਛੱਕ ਲੈ ਜਾਵੇ ਗਧੇ ਚਾਰ ਨਾਲ, ਜਰਗਾਲੀ ਮਾਤਾ ਤੈਨੂੰ ਚੁੱਕ ਕੇ ਜਰਗਾਲੀ, ਜੇ ਮਹਾਰਾਜ ਚੱਕ ਕੇ ਲੈ ਗਿਆ ਫਿਰ ਤਾਂ ਬੇੜੀ ਪਾਰ ਹੋ ਗਈ, ਇਹਨੇ ਹਜੇ ਜੱਬਲਾਂ ਤੋਂ ਕੀ ਕਰਾਉਣਾ ਹੈਗਾ? ਇਹ ਤਾਂ ਇੱਥੇ ਚੰਗੇ ਨੇ ਗੁਰੂ ਰੂਪ ਸਤਸੰਗ ਜੀ, ਮੇਰੇ ਮਾਲਕ ਦੇ ਦਰ ਤੇ ਸੇਵਾ ਕਰ ਰਹੀ ਹੈ, ਟੋਕਰੀ ਸਿਰ ਤੇ ਜੀਵਨ ਸਾਥੀ ਕਹੀਆ ਬਣਾ ਕੇ ਕਿਤੇ ਸੌ ਲੈਂਦੇ ਨੇ, ਕਿਤੇ ਫਰੀ ਜਾਂਦੇ ਨੇ, ਇੱਕ ਦਿਨ ਸਿਰ ਤੇ ਟੋਕਰੀ, ਅੱਖਾਂ ਵਿੱਚ ਪਤਾਸੀਆਂ ਵਰਗੇ ਹੱਥ ਨੂੰ ਜਾ ਰਹੇ ਨੇ। ਗੁਰਦੇਵ ਪਾਤਸ਼ਾਹ ਨੂੰ ਕਿਸੇ ਦੱਸਿਆ ਜਾ ਕੇ ਕਿ ਜਿਸ ਨੂੰ ਆਪ ਜੀ ਨੇ ਸਰਪਾਉ ਦਿੱਤਾ ਹੈ, ਪਰਨਾ ਦਿੱਤਾ ਹੈ, ਮਹਾਰਾਜ ਖੂਬਸੂਰਤ ਲੜਕੀ ਹੈ, ਹੂੰ ਕੀ ਹਟਕੋਰੀਆਂ ਵਿੱਚ ਫੂਲਿਆ ਨਾਲ ਹੁੰਦੀ ਹੈ, ਪੁੱਛੋ ਤੁਸੀਂ ਕੀ ਹੈ? ਮਹਾਰਾਜ ਕੀ ਕਹਿੰਦੇ ਫਿਰਦੇ ਨੇ? ਪੜ੍ਹੋ ਪਿਆਰ ਨਾਲ,
ਮੇਰੀ ਜਿੰਦੜੀ ਨਮਾਣੀ ਨੂੰ ਓਟ ਗੁਰਦੇ ਓਟ ਗੁਰਦੇ ਜਿੰਦੜੀ ਨਮਾਣੀ ਨੂੰ ਓਟ ਗੁਰਦੇ ਓਟ ਗੁਰਦੇ ਅਰਦਾਸ ਕਰਕੇ ਬਹਿ ਗਈ ਹਾਂ ਅਤੇ ਤੇਰੀ ਮਰਜ਼ੀ ਹੈ ਗੁਰ ਕੀ ਮੂਰ ਮਨ ਮਨ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੇ ਲੈ ਧਾਰੋ ਹੋ ਗੁਰੂ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰਬਿਨ ਕੋਈ ਨਾ ਉਤਰ ਸਪਾਰ ਸਤਿਗੁਰੂ ਤੇ ਤੋਂ ਬਗੈਰ ਮੇਰਾ ਜਿਹੜਾ ਕਿਸੇ ਨੇ ਨਹੀਂ ਲਾਉਂਦਾ ਸੇਵਾ ਕਰਕੇ ਆ ਜਾਂਦੇ ਨੇ ਮੁੜ ਜਾਂਦੇ ਨੇ ਆ ਜਾਂਦੇ ਨੇ ਇੱਕ ਦਿਨ ਪਾਪਾ ਭਰੀ ਰਾਤ ਆਈ ਸੇਵਾ ਕਰਕੇ ਵਾਪਸ ਗਏ ਜਾਂਦੇ ਨੂੰ ਜਲੋਧਰ ਦੀ ਬਿਮਾਰੀ ਦਾ ਮਰੀਜ਼ ਸੀ ਪਤੀ ਸੁਰਗਵਾਸ ਹੋ ਗਿਆ ਇੱਧਰ ਉੱਧਰ ਘੁੰਮ ਰਹੇ ਹੁੰਦੇ ਨੇ ਮੇਰੇ ਪਤੀ ਪਰਮੇਸ਼ਰ ਕੀ ਹੋਈ ਮੇਰੇ ਤੀਰ ਲੱਗਿਆ ਕਾਨੀ ਦਾ ਪਤੀ ਦੇ ਬਾਝੋਂ ਜੀ ਕੁਝ ਬਣੇ ਨਾ ਜਨਾਨੀ ਦਾਤਾ ਮੇਰੇ ਤੇ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੇ ਕੋਏ ਮਾਟੀ ਕਾਕਾ ਧੋਪੈ ਸਵਾਮੀ ਮਾਨਸ ਕੀ ਗੱਤ ਕਿਰਪਾ ਕਰੋ ਦਾਤਾ ਅਰਦਾਸ ਕਰ ਦੇ ਪਤੀ ਜੀ ਬੋਲਦੇ ਨਹੀਂ ਪੱਲਾ ਚੱਕਿਆ ਮੁਕਤੋਂ ਸੱਚ ਸੰਸਦਾਰ ਸੁਰਗਵਾਸ ਹੋ ਗਿਆ ਮੇਰੇ ਪਰਮੇਸ਼ੁਰ
ਇੱਕ ਹੀ ਭਾਣਾ ਵਰਤਾਇਆ ਹੈ। ਹੁਣ ਮੈਂ ਕੀ ਕਰਾਂਗਾ, ਜੇ ਛੱਡ ਕੇ ਜਾਂਦੀ ਹਾਂ ਤਾਂ ਭਗਤ 'ਚ ਪਿੰਗਣਾ ਪੈਂਦੀ ਹੈ। ਲੋਕ ਕਹਿਣਗੇ ਇਹਨੂੰ ਸਾਧਾਂ ਦੀ ਬਣੀ ਪਈ ਹੈ, ਪਤੀ ਨੂੰ ਮਰੇ ਪਏ ਨੂੰ ਛੱਡ ਗਈ। ਅੱਖਾਂ ਦੇ ਅਸਰੂ ਨਹੀਂ ਰੁਕਦੇ, ਬਲਵਕੜੀ ਮਾਰ ਕੇ ਬੈਠ ਕੇ ਸੋਚਦੀ ਹੈ ਕੀ ਸੋਚਾਂ ਕੀ ਕਰਾਂ ਮੈਂ। ਚਲੋ ਸਤਿਗੁਰੂ ਬਖਸ਼ਣ ਹਾਰਨੇ, ਸੁਤ ਅਪਰਾਧ ਕਰਤ ਹੈ ਜੇਤੇ, ਜਾਨਣੀ ਚੀਤ ਨਾ ਰਾਸ ਦੇ ਔਗਣ ਨਹੀਂ ਚਤਾਰਨੇ। ਸਤਿਗੁਰੂ ਨੇ ਪਤੀ ਨੂੰ ਸੰਸਕਾਰ ਕੀਤਾ, ਇਸ਼ਨਾਨ ਸੋਧਿਆ, ਚਾਲਾ ਪਾਤਾ, ਤੁਰਨ ਲੱਗੀ ਬਾਹਰੋਂ। ਟੀਵੀ ਦਾ ਮਰੀਜ਼ ਬੱਚਾ ਮੰਜੇ 'ਚ ਪਿਆ ਹੈ। ਅੰਮੀਏ ਤੂੰ ਵੀ ਛੱਡ ਚੱਲੀ ਹੋ, ਪਿਤਾ ਤਾਂ ਧੋਖਾ ਦੇ ਹੀ ਗਿਆ, ਮੈਂ ਕੀ ਕਰਾਂਗਾ ਤੇਰੇ ਤੋਂ ਬਿਨਾਂ। ਅੱਗੇ ਤਾਂ ਜਦੋਂ ਮੋਹ ਸਕਦਾ ਸੀ ਪਾਪਾ ਜੀ ਨਾਲ ਗੱਲਾਂ ਕਰ ਲੈਂਦਾ ਸੀ, ਮਨ ਪਰਚਾ ਲੈਂਦੇ ਸੀ ਦੋਨੋਂ। ਹੁਣ ਅੰਮੀਏ ਮਾਂ ਮੈਂ ਕੀ ਕਰਾਂਗਾ, ਤੇਰੇ ਵਿਛੋੜੇ ਵਿੱਚ ਮਰ ਗਿਆ, ਪਿਤਾ ਦੇ ਵਿਛੋੜੇ ਵਿੱਚ ਮਰ ਗਿਆ, ਗੁਰਦੇਵ ਦੇ ਦਰਸ਼ਨਾਂ ਤੋਂ ਵਿਛੋੜੇ ਵਿੱਚ ਮਰ ਗਿਆ, ਮੈਨੂੰ ਕਿਤੇ ਸੁਰਗਾਂ 'ਚ ਕੋਈ ਹਿੱਸਾ ਨਹੀਂ ਮਿਲਣਾ, ਪਾਣੀ ਤੋਂ ਪਿਆਸਾ ਹੀ ਮਰ ਗਿਆ, ਮੈਨੂੰ ਸੱਚਖੰਡ ਵਿੱਚ ਵਾਸਤਾ ਨਹੀਂ ਮਿਲਣਾ। ਮਾਂ ਤੂੰ ਛੱਡ ਕੇ ਨਾ ਜਾਈ ਮੈਨੂੰ ਪੱਲੇ, ਨਾ ਮਾਂ ਮੇਰਾ ਤਰਲਾ ਸੁਣ ਲੈ ਜਾਈ, ਮੈਂ ਸਤਿਗੁਰੂ ਅੱਗੇ ਬੇਨਤੀ ਕਰਦਾ, ਤੁਦ ਆਗੇ ਅਰਦਾਸ ਹਮਾਰੇ ਜੀਓ ਪਨ ਸਭ ਤੇਰਾ। ਮਾਂ ਛੱਡ ਕੇ ਨਾ ਜਾਈ, ਨਾ ਪੁੱਤਰ ਸੇਵਾ 'ਚ ਚੰਗਣਾ ਪੈਂਦਾ, ਤੇਰਾ ਸਤਿਗੁਰ ਰਾਖਾ ਹੈ, ਤੂੰ ਪ੍ਰਵਾਹ ਨਾ ਮੰਨ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੈ ਹੋਏ। ਤੈਨੂੰ ਦੁੱਖ ਰਹਿੰਦੇ ਹੀ ਨਹੀਂ ਕੋਈ, ਤੂੰ ਸੁਖੀਆ ਹੋ ਜਾਵੇਂਗਾ, ਤੇਰਾ ਰਾਖਾ ਗੁਰੂ ਅਰਜਨ ਦੇਵ ਮਹਾਰਾਜ ਨੇਗੇ, ਨਾ ਘਬਰਾਈ। ਇਤਿਹਾਸ ਨੂੰ ਸੰਬੋਧ ਨਾ ਲਈ ਜਾ ਰਹੀ ਹਾਂ, ਮਿੰਟ 15 ਰਹਿ ਗਏ, ਇਹ ਨਹੀਂ ਹੋਣਾ ਵੀ ਟਾਈਮ ਦੀ ਕਦਰ ਨਾ ਕਰ। ਮੈਂ ਤਾਂ ਰਾਹ ਜਦ ਮੇਰੇ 9 ਵੱਜ ਜਾਣਗੇ ਉੱਥੇ ਬ੍ਰੇਕ ਲਾਉਣਾ। ਮਹਾਰਾਜ ਤੇਰਾ ਰਾਖਾ ਹੈ, ਕੀ ਕਿਹਾ ਮਾਂ ਨੇ, ਸਾਰੀਆਂ ਭੈਣਾਂ ਪੜ੍ਹੋ ਤਾਂ ਲਾਈ। ਸੋ ਦੁੱਖ ਕੈਸੇ ਪਾਵੇ ਜਿਸਦਾ ਰਾਖਾ ਤੂੰ ਪਰਮਾ, ਆਪਣੇ ਸੇਵਕ ਕੀ ਆਪੇ ਰੱਖ ਹੈ,
ਆਪੇ ਨਾਮ ਜਪਾਵੈ ਜਹ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਪਾਵੈ। ਜਿੱਥੇ ਮੇਰਾ ਕੰਮ ਹੈ ਉੱਥੇ ਜਾਣਾ ਤੇ ਛੱਡ ਕੇ ਤੁਰ ਗਏ। ਜਾ ਕੇ ਟੋਕਰੀ ਚੱਕ ਲਈ ਭਈਆ ਲੈ ਕੇ ਮਹਾਰਾਜ ਚਰਨ ਚ ਪਹੁੰਚ ਗਏ। ਸੱਚੇ ਪਾਤਸ਼ਾਹ ਇਹ ਕੀ ਭਾਣਾ ਵਰਤਾਇਆ ਹੈ, ਸੁਹਾਤ ਰਾਖ ਮਾਤ ਪੈ ਅਨਾਥ ਨੇ ਸੁਨਾਤ ਕੀਨ ਗਾਥ ਇਹ ਪ੍ਰਸਿੱਧ ਤਾਥ ਦੀ ਨੇ ਇੰਦ ਪੁੱਛ ਤੇ ਬਲਿੰਦ ਕੀਨ ਗੀਤ ਤੇ ਮਰਕਿੰਦ ਕੀਨ ਨੀਚ ਤੇ ਸੁਹਿੰਦ ਕੀਨ ਦਾਸ ਜਨ ਮੇਰੇ ਤੇ ਕਿਰਪਾ ਕਰੋ ਆਪਣੇ ਬਿਰਧ ਸੰਭਾਲ। ਮੇਰਾ ਪਤੀ ਸੁਰਗਵਾਸ ਹੋ ਗਿਆ, ਮੈਨੂੰ ਲੋਕੀ ਕੀ ਕਹੇਗੀ, ਮੈਂ ਕੀ ਦੱਸਾਂਗੀ, ਸੇਵਾ ਕਰਨ ਵਾਲੇ ਪੁਰਸ਼ ਦਾ ਹੋ ਗਿਆ ਫਿਰ ਦਰ ਤੇ ਕੌਣ ਆਵੇਗਾ। ਬੀਬਾ ਜੀ ਜੋ ਆਇਆ ਸੋ ਚੱਲ ਸੀ, ਸਭ ਕੁਝ ਆਈ ਵਾਰੀ ਹੈ, ਇਹ ਰੱਬ ਦੇ ਸ਼ਰੀਕ ਨਹੀਂ ਬਣੀ ਦਾ ਹੁੰਦਾ, ਸੇਵਾ ਕਰੋ ਜਾਣਾ ਹੀ ਹੈ, ਸਭ ਨੇ ਜਾਣਾ। ਸਤਿਵਚਨ ਜੀ ਸਬਰ ਪਿਆਲਾ ਪੀ ਗਿਆ। ਗੁਰਦੇਵ ਪਾਤਸ਼ਾਹ ਉੱਥੇ ਸੰਗਤਾਂ ਨੂੰ ਪ੍ਰਵਚਨ ਕਰਦੇ ਹਨ, ਮਹਾਰਾਜ ਮੇਰਾ ਲਾਲ ਜੀ ਵੀ ਸ਼ਾਇਦ ਹੋ ਸਕਦਾ ਹੈ ਮੇਰੇ ਜਾਂਦੇ ਨੂੰ ਨਾਮ ਹੋਣ, ਉਹ ਵੀ ਸੁੱਖ ਪਿੰਜਰਾ ਹੋਏ ਪਏ ਨੇ, ਟੀਵੀ ਦੇ ਮਰੀਜ਼ ਨੇ, ਅੱਜ ਕੁਛ ਖਾਧਾ ਨਹੀਂ ਉਹਨਾਂ। ਮਹਾਰਾਜ ਕਹਿੰਦੇ ਮਨ ਮੋੜ, ਮਨ ਮੋੜ ਸਤਿਗੁਰ ਦੇ ਚਰਨੇ ਲਾ, ਸਤਿਗੁਰ ਰੱਖਾ ਹੈ ਕੋਈ ਪਰਵਾਹ ਨਾ ਮੰਨ। ਗੁਰਦੇਵ ਪਾਤਸ਼ਾਹ ਨੇ ਜਿਹੜਾ ਧਿਆਨ ਦੇਣਾ, ਪਲਕਾਂ ਵਿੱਚੀਆਂ ਜਾਤ ਮੈਂ ਜੋਤ, ਸੰਗਤਾਂ ਵਿੱਚ ਬੈਠੇ ਨੇ ਆਤਮਕ ਜੋਤ ਨੇ ਜਾ ਕੇ ਭਾਗਪੁਰੀ ਦੇ ਸਪੁੱਤਰ ਨੂੰ ਬੁੱਕਲ 'ਚ ਲੈ ਲਏ। ਫਟਕੋਰਿਆਂ ਦੀ ਜ਼ਿੰਦਗੀ ਜਾ ਰਹੇ ਨੇ ਪਲ ਪਲ ਕੱਢਦੇ ਸਵਾਸ, ਜਵਾਨ ਤਾਲੂ ਲੱਗੀ ਹੋਈ ਹੈ, ਬੇਹੋਸ਼ੀ ਵਿੱਚ ਪਏ ਨੇ। ਗੁਰਦੇਵ ਪਾਤਸ਼ਾਹ ਨੇ ਉਹਦੇ ਮੁੱਖ ਵਿੱਚ ਜਲ ਪਾਇਆ ਗੜਬੇ 'ਚੋਂ, ਗੁਰੂ ਦੇ ਪਿਆਰਿਆ ਕਹੋ ਵਾਹਿਗੁਰੂ, ਉਹ ਗੁਰੂ ਦੇ ਪਿਆਰਿਆ ਕਹੋ ਵਾਹਿਗੁਰੂ, ਮੇਰੇ ਲਾਲ ਜੀਓ ਕਹੋ ਵਾਹਿਗੁਰੂ। ਸਤਿਗੁਰ ਦੇ ਗੜਬੇ ਦਾ ਜਲ ਛਕਿਆ, ਇਹ ਕਹਿੰਦੇ ਪਾਣੀ ਰੱਖੋ ਵੀ ਨਾ ਕੋਲੇ, ਦੇਖੋ ਕਿੱਡੀ ਬੜੀ ਗੱਲ ਹੈ। ਗੁਰਦੇਵ ਪਾਤਸ਼ਾਹ ਨੇ ਗੜਬੇ ਦਾ ਜਲ ਛਕਾਇਆ, ਪਲਕਾਂ ਪੱਟੀਆਂ, ਉਤਰ ਗਿਆ ਮੇਰੇ ਮਨ ਕਾ ਸੰਸਾਰ। ਸਤਿਗੁਰੂ ਧੰਨ ਹੈ ਤੂੰ, ਧੰਨ ਹੈ ਤੇਰਾ ਸੁਰੂ, ਧੰਨ ਤੇਰੀ ਬਾਣੀ, ਧੰਨ ਤੇਰਾ ਵਾਹਿਗੁਰੂ ਜਾਪ। ਜਲ ਛਕਾ ਕੇ ਤੁਰ ਗਿਆ, ਮਾਂ ਭਾਗਪੁਰੀ ਨੂੰ ਦੱਸਿਆ ਨਹੀਂ ਜਾ, ਸੇਵਾ ਦਾ ਸਮਾਂ ਹੋਇਆ, ਸੰਪੂਰਨ ਚਾਲਾ ਪਾ ਦਿੱਤਾ। ਜਦੋਂ ਘਰ ਆਏ ਮੌਜ ਨਾਲ ਚੁਟਕੀਆਂ ਨਾਲ ਖੇਡਦਾ ਫਿਰਦਾ, ਲਾਲ ਰੰਗ ਤਿਸਕੋ ਲਾਗਾ ਜਿਸਕੇ ਵਡਭਾਗਾ, ਮਹਿਲਾ ਕਦੀ ਨਾ ਹੋਵੀ ਮੈਂ ਲਾਗੇ ਦਾਗਾ। ਸੋਹਣਿਆ ਮੋਹਣਿਆ ਤੇਰਾ ਲਾਲ ਰੰਗ ਕਿਵੇਂ ਹੋ ਗਿਆ ਇੰਨਾ, ਤੈਨੂੰ ਕੀ ਡਾਕਟਰ ਕੋਈ ਦਵਾਈ ਦੇ ਗਿਆ, ਕੀ ਤੈਨੂੰ ਕੋਈ ਹਕੀਮ ਪੁੜੀ ਦੇ ਗਿਆ, ਐਡਾ ਵੱਡਾ ਡਾਕਟਰ ਤੇਰੇ ਕੌਣ ਟੀਕਾ ਸੁਣਾ ਗਿਆ, ਤੂੰ ਤਾਂ ਹਰਿਆ ਭਰਿਆ ਫਿਰਦਾ, ਕਿਹੜਾ ਇਹੋ ਜਿਹਾ ਹਕੀਮ ਆ ਗਿਆ ਤੇਰੀ ਟੀਵੀ ਤੋੜ ਗਿਆ।
ਤੱਤੀ ਵਾਨ ਲਾ ਗਈ ਪਾਰ ਬ੍ਰਹਮ ਸ਼ਰਨ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਇਹ ਗੱਲ ਔਖਦ ਮੈਨੇ ਦਵਾਈ ਦੇ ਗਿਆ ਰਾਮ ਨਾਮ ਦੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਬੰਨਾ ਐਸੀ ਕਿਰਪਾ ਕੀਤੀ ਕਹਿੰਦੀ ਪੁੱਤਰੂ ਉਹਦੀ ਨਿਸ਼ਾਨੀ ਕੀ ਸੀ ਜਰਾ ਧਿਆਨ ਦੇ ਬੰਮਾ ਆ ਚੀਜ਼ ਬੋਲਣੀ ਮੇਰੇ ਮਿੰਟਾਂ ਪੰਜ ਲੈ ਗਏ ਤੋ ਗੁਰੂ ਰੂਪ ਸਤਸੰਗੀ ਜੀ ਮਾਂ ਉਹਦੀ ਮੈਂ ਨਿਸ਼ਾਨੀ ਦੱਸਦਾ ਮੈਂ ਨਾਂ ਨਹੀਂ ਜਾਣਦਾ ਕੀ ਸੀ ਉਹਦਾ ਕੀ ਨਿਸ਼ਾਨੀ ਸੀ ਕਹਿੰਦੀ ਗੋਲ ਚਿੱਟੀ ਪਗੜੀ ਬੰਨੀ ਜਿਵੇਂ ਸਾਡੇ ਸਿੰਘਾਂ ਨੇ ਸਜੀ ਹੁੰਦੀ ਮਹਾਰਾਜ ਦੇ ਪਿਆਰਿਆਂ ਕਹਿੰਦੀ ਗੋਲ ਪਗੜੀ ਚਿੱਟੀ ਸ਼ਪੈਦ ਹੱਥ ਵਿੱਚ ਗੜਬੜ ਇੱਕ ਹੱਥ ਮਾਲਾ ਪੈਰ ਖਰਾਮਾ ਇਹ ਉਹਦੀ ਨਿਸ਼ਾਨੀ ਸੀ ਗੋਡਿਆਂ 'ਤੇ ਨੀਵਾਂ ਚੁਲਾ ਸੀ ਮੈਨੂੰ ਆਪਣੇ ਗੜਬੇ ਦਾ ਪਾਣੀ ਪਿਲਾ ਗਿਆ ਮੇਰੇ ਮਰਦ ਜਾਨਾ ਇਹੋ ਜਿਹਾ ਸੀ ਕਹਿੰਦੇ ਫਿਰ ਉਹਦਾ ਉਹੀ ਸੀਗਾ ਇਹ ਜਿਹਾ ਹੋਰ ਨਹੀਂ ਦੁਨੀਆਂ 'ਤੇ ਆ ਸਕਦਾ ਵੀ ਮੇਰੇ ਮਾਲਕ ਪਲਕਾਂ ਜੋੜੀਆਂ ਹਮ ਕਿਆ ਤੇਰੇ ਪਿਤਰੂ ਸਵਾਮੀ ਤੂੰ ਅਪਰੰਪਰ ਰਾਮ ਤੂੰ ਤਾਂ ਅਪਰੰਪਰ ਹੈ ਸਤਿਗੁਰੂ ਮੈਂ ਤੇਰੇ ਕੀ ਗਿਆਨ ਕਰ ਸਕਦਾ ਹਾਂ ਮੇਰੇ ਮਾਲਕ ਦੇ ਚਰਨਾਂ ਧਿਆਨ ਕਰਿਆ ਆਓ ਪਿਆਰ ਨਾਲ ਪੜ੍ਹੀ ਇੱਕ ਚੀਜ਼ ਫਿਰ ਬਾਅਦ ਮੈਂ ਮਹਾਂਪੁਰਖ ਆ ਰਹੇ ਨੇ ਮੈਨੂੰ ਠੰਡਾ ਨੀਰ ਪਿਲਾ ਗਿਆ ਗੋਲ ਪਗੜੀ ਵਾਲਾ ਠੰਡਾ ਨੀਰ ਪਿਲਾ ਗਿਆ ਗੋਲ ਪਗੜੀ ਗਿਆ
ਫਿਰ ਸਤਿਗੁਰੂ ਆਪ ਸਾਨੂੰ ਇਹੋ ਜਿਹੇ ਕੰਮ ਉਸ ਤੋਂ ਬਗੈਰ ਕੋਈ ਨਹੀਂ ਕਰ ਸਕਦਾ। ਪਿਆਰਿਓ, ਕਈ ਗੱਲਾਂ ਜਦੋਂ ਮੈਂ ਕਾਰ 'ਚ ਉਤਰਿਆ, ਕਹਿੰਦੇ ਸੰਤ ਉਹੀ ਨੇ ਜਿਹੜੇ ਕਿਰਾਏ 'ਤੇ ਕਹਿੰਦੇ ਇੰਦਰ ਨੂੰ ਤੇਰੇ ਦੋ ਲਾਫੜੇ ਮਾਰਾਂ, ਇੱਕ ਨਹੀਂ ਸਿੱਟ ਕੇ ਦਿਖਾ। ਪਹਿਲੇ ਭਲੇ ਪੁਰਖੋ ਸਤਿਗੁਰੂ ਪਾਤਸ਼ਾਹ ਕਹਿੰਦੇ ਇੰਦਰ ਫਿਰ ਨਿੰਦਰ, ਉਹ ਇੰਦਰ ਕਿਤੇ ਸੰਤ ਰਾੜਿਆ ਨਾਲੋਂ ਬੜਾ ਵੱਡਾ ਸੀ, ਸੰਤ ਮਿੰਦਰ ਸਿੰਘ ਨਾਲੋਂ ਬੜਾ ਵੱਡਾ ਸੀ, ਉਹ ਵੀ ਸੰਤ ਦੀ ਦੇਵੀ ਸੰਤ ਨੇ, ਇਹੋ ਜਿਹਾ ਤਾਂ ਹੋਰ ਹੋ ਨਹੀਂ ਸਕਦਾ ਕੋਈ। ਉਹ ਆਪਣੇ ਇੰਦਰਾਪੁਰੀ ਦਾ ਮਾਲਕ ਸੀ, ਇਹ ਰਾੜਾ ਸਾਹਿਬ ਦੇ ਮਾਲਕ ਨੇ। ਸਾਡਾ ਸਰੀਕਾ ਕਬੀਲਾ ਤੁਹਾਨੂੰ ਕੀ ਲੈਣਾ, ਭਾਵਾਂ ਲੜੀਏ ਭਾਵਾਂ ਭਿੜੀਏ, ਅਤੇ ਹੁਣ ਆ ਕੇ ਦਿਖਾ ਦੇਵੇ ਇੰਦਰ ਕਣੀ ਸੁੱਟ ਕੇ ਦਿਖਾ ਦੇਵੇ, ਅਤੇ ਉਹ ਕਿਤੇ ਬਾਹਲਾ ਹੀ ਆਕੀ ਹੈਗਾ। ਉੱਥੇ ਫੋੜ ਖਾ ਕੇ ਨਿਕਲਿਆ ਇੰਦਰਾਪੁਰੀ ਵਿੱਚੋਂ, ਸਾਡੇ ਸਤਿਗੁਰੂ ਆਨੰਦਪੁਰ ਵਿੱਚੋਂ ਡਰ ਕੇ ਤਾਂ ਨਹੀਂ ਬੱਚੇ, ਤਾੜੀ ਮਾਰ ਕੇ ਨਗਾਰੇ ਟਕੋਰ ਲੱਗੇ ਚਕਾਰਾ ਲਾ ਕੇ ਛੱਡੇ, ਅਤੇ ਲੋਕ ਦੁਰਗਾ ਕੋਲ ਭੱਜੇ, ਕਦੇ ਸ਼ਿਵਜੀ ਕੋਲ ਭੱਜੇ, ਬੜਾ ਵੱਡਾ ਕਿ ਸਾਡੀ ਖਾਨਦਾਨੀ ਤਾਂ ਦੇਖੋ ਸਭ ਕੰਬਲੇ ਗੱਲਾਂ ਮਾਰਦੇ ਨੇ। ਅਤੇ ਆਓ ਸਾਰੀਆਂ ਸੰਗਤਾਂ ਮੇਰੇ ਚਾਰ ਬਾਹਰ ਚਾਰ ਮਿੰਟ ਕੱਟ ਦੀ ਨਹੀਂ ਉੱਧਰ ਸੈਕਟਰੀ ਸਾਹਿਬ ਦਾ ਹੁਕਮ ਹੈ, ਕਹਿੰਦੇ ਬੰਦ ਕਰ ਦਿਓ। ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਫਿਰ ਜੇ ਹੁਣ ਬਾਹਰ ਲਾਉਣੇ ਗੇਅਰ ਬਦਲ ਚੌਥੇ ਗੇਅਰ 'ਚ ਲਾਉਣੇ। ਆਓ, ਇਹ ਇਤਿਹਾਸ ਇੱਥੇ ਸਮਾਪਤ ਹੈ। ਭਾਈ ਰੂਪਾ ਜੀ ਉਹਦੇ ਪਿਤਾ ਜੀ ਜੰਗਲ ਚਲੇ ਗਏ, ਘੜਾ ਪਾਣੀ ਦਾ ਭਰ ਕੇ ਦਰਖਤ ਨਾਲ ਲਮਕਾ ਦਿੱਤਾ, ਕੋਈ ਕਹਿੰਦਾ ਥੱਲੇ ਰੱਖ ਦਿੱਤਾ, ਚਲੋ ਰੱਖ ਲਿਆ ਭਰ ਕੇ, ਮੀਰੀ ਪੀਰੀ ਦੇ ਮਾਲਕ ਆਉਣਗੇ ਤਾਂ ਪਾਣੀ ਪੀਵਾਂਗੇ, ਨਹੀਂ ਪੀਂਦਾ ਹੀ। ਸਤਿਗੁਰੂ ਗਰੀਬ ਨਿਵਾਜ਼ ਦਾ ਧਿਆਨ ਕਰਕੇ ਆਪਣਾ ਕੰਮ ਕਰੇਂਗੇ। ਪਿਤਾ ਜੀ ਕਹਿਣ ਲੱਗੇ ਭਾਈ ਪਿਆਸ ਲੱਗੀ ਹੈ ਬੇਟਾ, ਮੈਂ ਤਾਂ ਪਾਣੀ ਪੀਣਾ। ਕਹਿੰਦਾ ਠਹਿਰ, ਸਤਿਗੁਰੂ ਆਉਣ ਵਾਲੇ ਨੇਗੇ। ਪਰ ਮੰਨਿਆ ਨਹੀਂ, ਜਦ ਘੜੇ ਦੇ ਕੋਲ ਪਹੁੰਚਿਆ ਸਤਿਗੁਰ ਨੇ ਮਾਰੀ ਸੁੰਭ ਖੜਕੀ, ਕਹਿੰਦੇ ਆ ਗਿਆ ਮਹਾਰਾਜ, ਖੜ ਜਾ ਤੂੰ, ਨਾ ਪਾਣੀ ਪੀ ਤੂੰ। ਰੂਪੇ ਨੂੰ ਬੁੱਕਲ 'ਚ ਲੈ ਲਿਆ, ਕਹਿੰਦਾ ਮੰਗ ਕੀ ਮੰਗਦਾ ਤੁਸੀਂ ਵੀ ਬੁੱਕਲ 'ਚ ਬੈਠੇ ਹੋ ਸਾਰੇ, ਸਤਿਗੁਰ ਦੀ ਗੋਦ 'ਚ ਬੈਠੇ ਦੂਰ ਨਹੀਂ। ਤਨ ਕਰਕੇ ਮਨ ਕਰਕੇ ਸੋਚ ਕੇ ਦੇਖੋ ਕਿੱਥੇ ਬੈਠੀਆਂ। ਆਓ ਪਿਆਰ ਨਿਕਲੀਏ, ਰੂਪੇ ਕੋਲੇ ਪਹੁੰਚੀਆਂ ਸੱਚੀਆਂ ਸਰਕਾਰ, ਆ ਕੇ ਦਿਲਦਾਰਾਂ।
ਇੱਕ ਸੈਕਿੰਡ ਤੋਂ ਉਧਰ ਉਧਰ ਹੀ ਨੇ ਕਹਿ ਲੋ ਸਾਹਿਬ ਕੁਛ ਨਹੀਂ ਹੋ ਘੜੀ ਦੇਖ ਲਾ ਜੀ ਆਪਣੇ।